ਤੇ ਪੈਂਦੇ ਖਾਂ 'ਚ ਇੰਨੀ ਤਾਕਤ ਸੀ ਕਿ ਉਹ ਘੋੜੇ ਨੂੰ ਦੁਸ਼ਮਣ ਦੇ ਸਮੇਤ ਚੁੱਕ ਕੇ ਉਲਟਾ ਕੇ ਮਾਰਦਾ ਸੀਗਾ ਔਰ 5-7 ਬੰਦੇ ਭੱਜ ਕੇ ਉਹਨੂੰ ਧੱਕਾ ਮਾਰਦੇ ਸੀ ਨਾ ਤੇ ਪੈਂਦੇ ਖਾਂ ਭੋਰਾ ਵੀ ਨਹੀਂ ਹਿਲਦਾ ਸੀ ਇੰਨੀ ਤਾਕਤ ਸੀ ਪੈਂਦੇ ਖਾਂ ਦੇ ਵਿੱਚ ਕੀ ਹੋਇਆ ਕਿ ਪੈਂਦੇ ਖਾਂ ਨੂੰ ਹੰਕਾਰ ਹੋ ਗਿਆ ਕਿ ਗੁਰੂ ਮੇਰੇ ਤੋਂ ਬਿਨਾਂ ਜਿੱਤ ਹੀ ਨਹੀਂ ਸਕਦਾ ਤਾਂ ਫਿਰ ਇੱਕ ਦਿਨ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਖਲੋ ਕੇ ਜਦੋਂ ਪੈਂਦੇ ਖਾਂ ਨੇ ਕੁਝ ਗਲਤ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਨਾ ਤਾਂ ਨਾਲ ਖੜੇ ਬਾਬਾ ਬਿਧੀ ਚੰਦ ਜੀ ਨੇ ਖੱਚ ਕੇ ਖੱਬਿਆ ਦੀ ਜੋ ਚਪੇੜ ਮਾਰੀ ਤਾਂ ਪੈਂਦੇ ਖਾਂ ਦੀਆਂ 3 ਬਾਜ਼ੀਆਂ ਲੱਗ ਗਈਆਂ ਡਿੱਗਾ ਆਇਆ ਪੈਂਦੇ ਖਾਂ ਕਦੀ ਹੱਥ ਹਲ ਵੇਂਦਾ ਤੇ ਕਦੀ ਮੂੰਹ ਹਲ ਵੇਂਦਾ ਬਾਬਾ ਬਿਧੀ ਚੰਦ ਜੀ ਦੇ ਤਾਂ ਗੁਰੂ ਸਾਹਿਬ ਜੀ ਮੁਸਕਰਾਏ ਗੁਰੂ ਸਾਹਿਬ ਜੀ ਨੇ ਕਿਹਾ ਪੈਂਦੇ ਖਾਂ ਨਾ ਖਾਲਸਾ ਪੰਥ ਬੱਬਰ ਸ਼ੇਰਾਂ ਦੀ ਖਾਣ ਆ ਇੱਥੇ ਵੱਡੇ ਤੋਂ ਵੱਡੇ ਸੂਰਮੇ ਨੇ ਕਿਤੇ ਵਹਿਮ ਨਾ ਪਾਲੀ ਕਿ ਸੂਰਮੈਂ ਤੂੰ ਹੀ ਸੀ ਮੈਂ ਹੋਰ ਵੀ ਬੜੇ ਯੋਧੇ ਪੈਦਾ ਕੀਤੇ ਨੇ ਔਰ ਗੁਰੂ ਸਾਹਿਬ ਜੀ ਦੇ ਪੈਦਾ ਕੀਤੇ ਹੋਏ ਯੋਧੇ ਅੱਜ ਵੀ ਹੈਗੇ ਨੇ ਜਿਹੜੇ ਜੇ ਉਦੋਂ 1.25 ਲੱਖ ਨਾਲ ਲੜ ਸਕਦੇ ਸੀ ਨਾ ਤਾਂ ਅੱਜ ਵੀ ਸੂਰਮੇ ਯੋਧੇ ਸਿੰਘ ਹੈਗੇ ਨੇ ਜਿਹੜੇ 1.25 ਲੱਖ ਨਾਲ ਲੜ ਸਕਦੇ ਨੇ ਅੱਜ ਵੀ ਉਹ ਸੂਰਮੇ ਹੈਗੇ ਜਿਹੜੇ ਹਿੱਕ ਦੇ ਜ਼ੋਰ 'ਤੇ ਤੋਪਾਂ ਦੇ ਪਹੀਆਂ